ਉਹ ਕੁੱਤਾ ਕੰਮੀ ਆਇਆ ਨਹੀਂ ਅਜੇ ਤਾਈ ਉਹਨੇ ਉਹਨੂੰ ਕਰਨਾ ਪਾ ਸਲਾਮ ਅਲੈਕੁਮ ਵਾਲੇਕੁਮ ਸਲਾਮ ਓ ਸ਼ਕਰ ਕਿੱਥੇ ਤੇਰਾ ਭਾਈ ਉਹ ਚਰ ਸਾਹਿਬ ਉਹਨੂੰ ਫਾਲਜ ਹੋ ਗਈ ਹੈ ਤੇ ਉਹਨੇ ਨਹੀਂ ਆ ਜਾਣਾ ਮੈਨੂੰ ਲੱਗਦਾ ਮੈਂ ਬੰਦਾ ਨਵਾਂ ਫਿਰ ਰੱਖ ਲਵਾਂ ਨਹੀਂ ਮੈਂ ਆ ਜਾਂਦਾ ਮੈਂ ਉਹਨੂੰ ਹਸਪਤਾਲ ਲੈ ਕੇ ਗਿਆ ਤੇ ਮੈਂ ਉੱਥੇ ਫਿਰ ਉਹਨੂੰ ਛੱਡ ਕੇ ਆਉਂਦਾ ਪਿਆ ਚੱਲ ਜਲਦੀ ਪਹੁੰਚ ਯਾਰ ਜਲਦੀ ਇੱਕ ਮਿੰਟ ਪਹਿਲੇ ਪਹੁੰਚ ਆ ਰਿਹਾ ਤੇਰੇ ਆਣ ਦੇ ਖੜਾਕ ਬੜੇ ਹੋਣਗੇ ਮੈਂ ਦਿੱਤੇ ਮਾਇਆ ਹੁਣੇ ਆਉਣਗੇ ਇੱਕ ਤਾਂ ਅਸਲਾਮ ਕੋ ਚੋਰ ਸਾਹਿਬ ਵਾਲੇਕੁਮ ਸਲਾਮ ਸੁਣਾ ਠੀਕ ਠਾਕ ਉਹ ਕੀ ਹੋਇਆ ਉਹਨੂੰ ਚੋਰ ਸਾਹਿਬ ਉਹਨੂੰ ਫਾਲਜ ਹੋ ਗਈ ਓਹੋ ਉਹ ਮੈਨੂੰ ਅੱਗੇ ਵੀ ਸ਼ੱਕ ਅੱਗੇ ਫਾਲਜ ਦੇ ਮੂੰਹ ਵਾਲੇ ਨੂੰ ਅੱਜ ਫਾਲਜ ਹਕੀਕਤ ਚ ਹੀ ਹੋ ਗਈ ਨਹੀਂ ਮੈਂ ਉਹਨੂੰ ਹੁਣ ਹਸਪਤਾਲ ਛੱਡ ਕੇ ਆਇਆ ਹੁਣ ਤੂੰ ਸੰਭਾਲ ਸੇ ਮੈਂ ਉਹਦੀ ਡਿਊਟੀ ਮੈਂ ਕਰਾਂਗਾ ਉਹਦੇ ਮੈਂ ਕਿ ਚਲੋ ਮੈਂ ਚਲਾ ਜਾਣਾ ਉਹਦੀ ਨੌਕਰੀ ਤਾਂ ਖਰਾਬ ਨਾ ਹੋਸੀ ਵੇਖੀ ਮਰਵਾ ਨਾ ਦੇਵੀ ਨਹੀਂ ਨਹੀਂ ਚੋਰ ਸਾਹਿਬ ਮੈਂ ਕਰ ਲਵਾਂਗਾ ਓ ਯਾਰ ਇੱਥੇ ਇੱਕ ਉਹ ਕੰਮੇ ਨਹੀਂ ਆਇਆ ਜੇ ਤਾਈ ਚੋਰ ਸਾਹਿਬ ਮੈਨੂੰ ਦੱਸ ਦਿਓ ਮੈਂ ਚਲਾ ਜਾਂਦਾ ਮੈਂ ਪਤਾ ਕਰ ਆਉਂਦਾ ਹਾਂ ਪਤਾ ਕਰ ਆਵੇ ਨਾ ਕੰਮ ਕੁਮ ਕਰਦੇ ਪੈਣਗੇ ਨਹੀਂ ਉਹਨੇ ਕੰਮ ਤੇ ਲਿਆ ਘਰ ਵਿਆਜ ਆਪਾਂ ਲੈ ਲੈ ਲਾ ਹੁਣ ਆਪਾਂ ਚੌਧਰੀ ਕੋਲ ਚੱਲੀਏ ਤੇ ਚੱਲ ਕੇ ਨਾ ਉਹਨਾਂ ਕੇ ਜੇ ਤੇਰੀਆਂ ਮਿਰਚਾਂ ਵੀ ਲਾ ਦਿੱਤੀਆਂ ਨੇ ਤੁਹਾਡੇ ਪਿਆਜ਼ ਵੀ ਅਸਾਂ ਲਾ ਦਿੱਤੇ ਨੇ ਉਹਨਾਂ ਕੋ ਨਾਲੇ ਪੈਸੇ ਲਵੀਏ ਤੇ ਨਾਲੇ ਵੇਖੀਏ ਵੀ ਹੋਰ ਕੋ ਕੰਮ ਲੱਭਦਾ ਤੇ ਉਹ ਵੀ ਆ ਦਾ ਕਰ ਅਸਲਾਮ ਅਲੈਕਮ ਵਾਲੇਕਮ ਸਲਾਮ ਕੀ ਹਾਲ ਹੈ ਠੀਕ ਠਾਕ ਜੀ ਚੋਰ ਸਾਹਿਬ ਲਾ ਰਹੇ ਤੁਹਾਨੂੰ ਕੀ ਆਖੋ ਚੋਰ ਸਾਹਿਬ ਕਹਿ ਰਿਹਾ ਕਿ ਪਿਆਜ਼ ਵੀ ਲੱਗ ਗਏ ਦੱਸੋ ਸਾਰੇ ਨੂੰ ਆ ਵੀ ਲੱਗੇ ਪਏ ਨੇ ਭਾਈ ਸਾਹਿਬ ਤੁਸੀਂ ਨਵੇਂ ਬੰਦੇ ਆਏ ਨੇ ਹਾਂਜੀ ਉਹ ਮੇਰੇ ਭਾਈ ਨੂੰ ਫਾਲਜ ਹੋ ਗਈ ਸੀ ਓ ਨੋ ਇਮਾਨਦਾਰ ਤੇਰਾ ਭਰਾ ਤਾ ਹਾਂਜੀ ਚਲੋ ਜੀ ਅੱਲਾ ਤੰਦਰੁਸਤੀ ਦੇਵੇ ਚਲੋ ਖਰਾਬ ਹੋ ਰਹੀਆਂ ਨੇ ਹਾਂ ਲਓ ਮੈਂ ਵੀ ਆ ਗਿਆ ਹਾਂ ਕੀ ਬਣੇ ਜਿਹਦੇ ਚੌਧਰੀ ਕੋਲ ਗਿਆ ਕੰਮ ਦੀ ਭਾਰੋ ਉਹ ਗੱਲ ਕਰ ਰਿਹਾ ਹੋ ਸਕਦਾ ਪਹਿਲੀ ਤੋਂ ਆ ਜਾ ਪਹਿਲੀ ਤੋਂ ਆ ਚੌਧਰੀ ਕੋਲ ਨਵਾਂ ਕੰਮ ਗਿਆ ਲੱਭ ਹੁਣ ਆਪਾਂ ਇਹ ਕੰਮ ਕਰਨੇ ਹੈ ਆ ਚੌਧਰੀ ਦਾ ਆਇਆ ਖਲਾ ਨਵਾਂ ਨੌਕਰ ਪਹਿਲੇ ਪੈਸੇ ਉਹ ਜਿਹੜੇ ਆਪਾਂ ਪਨੀਰੀ ਲਾਈ ਹੈ ਮਿਰਚਾਂ ਦੀ ਤੇ ਪਿਆਜ਼ ਦੀ ਉਹ ਲੈਨੇ ਆ ਲਾਏ ਕੇ ਤੇ ਆ ਛਲੀਆਂ ਸਾਗੀਆਂ ਨੇ ਸਾਡੀਆਂ ਇਕੱਠੀਆਂ ਕਰੋ ਕਿ ਖਰਾਬ ਵੀ ਆਉਂਦੀਆਂ ਨੇ ਮੁੜ ਆਪਾਂ ਅਗਾਂਹ ਕੰਮ ਉਹਨੂੰ ਜਾ ਕੇ ਆਖ ਵੀ ਉਹ ਦੂਸਰਾ ਉੱਥੇ ਛਲੀਆਂ ਕੋਲ ਖਲੇ ਨੇ ਪੈਸੇ ਪੇ ਮੰਗਦੇ ਨੇ ਇਹ ਤਾਂ ਬਾਗਾ ਵਾਲੀ ਤੂੰ ਸੱਚੀ ਪੈਸੇ ਲੈ ਲਵੀਏ ਪੈਸੇ ਲਿਸਾਂ ਇਹ ਜਾਂਦਾ ਪਿਆ ਹੁੰਦਾ ਨੌਕਰ ਕਹ ਚਲ ਸ਼ੁਕਰ ਆਪਾਂ ਨੂੰ ਕੰਮ ਕਰ ਲੱਭ ਗਿਆ ਨਿੱਕੇ ਨਿੱਕੇ ਬੱਚੇ ਚਲੋ ਹੋ ਤਾਈਏ ਤੋਂ ਹਾਂਜੀ ਚੋਰ ਸਾਹਿਬ ਹਾਂ ਚੋਰ ਸਾਹਿਬ ਮੈਂ ਹੋ ਕੇ ਆਇਆ ਅੱਛਾ ਤੇ ਪਿਆਜ਼ ਲੱਗ ਗਿਆ ਨੇ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਛਲੀਆਂ ਜਿਹੜੀਆਂ ਖਰਾਬ ਹੋ ਰਹੀਆਂ ਸੀ ਆਪਣੀਆਂ ਉਹ ਵੀ ਮੈਂ ਉਹਨਾਂ ਨੂੰ ਵਿਖਾ ਦਿੱਤੀਆਂ ਨੇ ਚੰਗਾ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਚੋਰੀ ਸਾਹਿਬ ਤੁਹਾਨੂੰ ਬੁਲਾ ਰਹੇ ਉਹਨਾਂ ਨੇ ਕਿ ਐਡੀ ਵੱਡੀ ਚੁਦਰਾਣੀ ਰਵੇ ਪਰਾਂ ਓ ਨੋ ਓਏ ਉਹਨਾਂ ਦੀ ਐਸੀ ਦੀ ਟੈਸੀ ਚੋਰ ਸਾਹਿਬ ਮੈਂ ਤੁਹਾਨੂੰ ਇੱਕ ਹੋਰ ਗੱਲ ਕਰਨੀ ਹਾਂ ਹਾਂ ਕਰ ਦੋ ਕਰ ਜਿਹੜੋ ਨਾਲ ਲਈ ਫਿਰਦੇ ਨਾ ਕੁੜੀ ਹਾਂ ਕੁੜੀ ਮਾਂ ਨੇ ਕਿ ਤੁਹਾਡੀ ਚੁਦਰਾ ਤੇਰੀ ਬੇਗਮ ਬਣੀ ਉਹਨਾਂ ਦੀ ਕੀ ਬਾਤ ਹੈ ਸੱਚੀ ਹਾਂਜੀ ਓਏ ਤੇ ਮੈਨੂੰ ਫੋਨ ਆਇਆ ਨਾਲੇ ਮੇਰੇ ਭਰਾ ਦਾ ਹਾਂ ਉਹ ਠੀਕ ਹੋ ਗਿਆ ਕਿ ਉਹਨੂੰ ਝਟਕਾ ਲੱਗਿਆ ਸੀ ਹਾਂ ਤੇ ਉਹਨਾਂ ਜਿਹੜਾ ਨਾ ਉਹ ਜਿਹੜਾ ਦਾ ਦਿਮਾਗ ਜਿਹੜਾ ਉਹ ਥੋੜਾ ਜਿਹਾ ਹਲ ਗਿਆ ਤੇ ਬਾਕੀ ਠੀਕ ਹੈ ਅੱਛਾ ਆ ਗਿਆ ਹਾਂਜੀ ਉਹ ਬੁਲਾ ਉਹਨੂੰ ਵੀ ਅੱਗੇ ਬੜੇ ਨੌਕਰ ਘੱਟ ਵੱਧਦੇ ਨਹੀਂ ਆਪਾਂ ਬੁਲਾਈਏ ਉਹਨੂੰ ਵੀ ਕਾਲ ਮਾਰ ਜਿਹਦੇ ਵੀ ਇਹਨੂੰ ਬੁਲਾ ਹੋਰਾ ਨੰਬਰ ਮੇਰੇ ਕੋਲ ਨਹੀਂ ਹੈ ਤੁਹਾਡੇ ਕੋਲ ਹੀ ਹੈ ਓਹੋ ਇੱਕ ਬਸਾ ਛੱਡਿਆ ਨਾ ਕਮੀਆਂ ਵੀ ਹੈਲੋ ਸਲਾਮ ਅਲੈਕੁਮ ਓ ਬਰਾੜ ਸਾਹਿਬ ਕਿੱਥੇ ਹੈ ਓ ਯਾਰ ਤੇਰਾ ਬਰਾ ਸ਼ਾਕਰ ਆਇਆ ਮੇਰੇ ਕੋਲ ਯਾਰ ਰੱਖਿਆ ਤੈਨੂੰ ਫਾਲਜ ਹੋ ਗਈ ਆਈ ਅੱਛਾ ਚੱਲ ਜਲਦੀ ਪਹੁੰਚ ਜਲਦੀ ਇੱਕ ਮਿੰਟ ਤੋਂ ਪਹਿਲੇ ਪਹੁੰਚ ਇੱਥੇ ਮੇਰੇ ਕੋਲ ਜਲਦੀ ਆ ਜਾ ਜਲਦੀ
ਹੁਣ ਕੀਤੀ ਗੱਲ ਉਹ ਚੋਰ ਸਾਹਿਬ ਜਿਹੜੀ ਤੇਰੀ ਚੁਦਰਾਣੀ ਨਾ ਹਾਂ ਚਿੱਬੜ ਦੇ ਮੂੰਹ ਵਾਲੀ ਅੱਛਾ ਮੂੰਹ ਆਂਦਾ ਇੰਜਾ ਕਿ ਜੇ ਲਸੂੜੇ ਦੀ ਟਾਣੀ ਹੁੰਦੀ ਓਏ ਨਹੀਂ ਯਾਰ ਮੁਰਦੀ ਏ ਅਸਲਾਮ ਅਲੈਕਮ ਚੌਧਰੀ ਸਾਹਿਬ ਵਾਲੇਕਮ ਸਲਾਮ ਆ ਗਿਆ ਏ ਠੀਕ ਹੈ ਤੇਰਾ ਵਿਆਹ ਪੈ ਗਿਆ ਇਹਨੂੰ ਬਾਲਾ ਜੋ ਕੀ ਆਈ ਤੇਰੀਆਂ ਕੀਤੀਆਂ ਮੇਰੇ 11 ਮੈਨੂੰ ਬੰਦ ਕੇ ਆ ਗਿਆ ਮੇਰੀ ਜਗ੍ਹਾ ਤੇ ਉਹ ਆਇਆ ਹੈ ਲੱਖ ਦੇ ਲਾਨਾ ਤੇ ਤੇਰੀ ਮੇਰੇ ਕੋਲ ਚੋਰ ਸਾਹਿਬ ਮੇਰੇ ਕੋਲ ਕੰਮ ਨਹੀਂ ਸੀ ਇਸ ਵਾਸਤੇ ਮੈਂ ਇਹਨੂੰ ਬਾਨੇ ਆਇਆ ਹੱਤੇ ਤੂੰ ਓਵੇਂ ਆ ਜਾਵੇਂ ਤੈਨੂੰ ਮੈਂ ਮਾਲ ਤੇ ਰੱਖ ਲਵਾਂ ਚੋਰ ਸਾਹਿਬ ਮੈਨੂੰ ਨਹੀਂ ਪਤਾ ਕਿ ਤੁਸੀਂ ਮੈਨੂੰ ਰੱਖਣਾ ਜਾਂ ਨਹੀਂ ਰੱਖਣਾ ਲੇਕਿਨ ਮੇਰੇ ਕੋਲ ਕੰਮ ਨਹੀਂ ਸੀ ਮੈਂ ਇਸ ਵਾਸਤੇ ਤੁਹਾਡੇ ਕੋਲ ਆਇਆ ਮੈਨੂੰ ਬਾਨ ਕੇ ਆਇਆ ਹੁਣ ਰੱਖ ਲਿਆ ਨਾ ਤੈਨੂੰ ਤੇ ਉਸਲ ਵੀ ਰੱਖ ਲਵਾਂ ਚੱਲ ਠੀਕ ਹੈ ਕੋਈ ਨਹੀਂ ਹੁਣ ਚਲੋ ਇਹਨੂੰ ਗਨ ਮੈਂ ਰਹਿੰਦਾ ਤੇ ਤੂੰ ਮਾਲ ਮੰਨੀ ਦੀ ਕਰਸੇ ਫਿਰ ਮੈਂ ਕਰਦਾ ਰਸਾ ਪਿਆਜ਼ ਲਵਾ ਲੈਣੀ ਜਿੱਥੇ ਛੱਡ ਗਿਆ ਮੈਂ ਪਿਆਜ਼ ਮੈਂ ਪਤਾ ਕਰ ਰਿਹਾ ਪਿਆਜ਼ ਲੱਗੇ ਪਏ ਇਹ ਪਿਆਜ਼ ਲੱਗ ਗਏ ਨੇ ਚੋਰ ਸਾਹਿਬ ਚਲੋ ਠੀਕ ਹੋ ਗਿਆ ਉਹਦੇ ਬਾਰੇ ਕੀ ਖਿਆਲ ਦੇ ਖਿਆਲ ਤਾਂ ਆਪਾਂ ਦੇ ਠੀਕ ਹੈ ਤੇਰੇ ਵਾਲੀ ਚਦਰਾਣੀ ਨਾਲੋਂ ਮਾਂ ਨਾ ਵੱਧ ਹੋਈ ਓਏ ਹੋਏ ਠੀਕ ਹੈ ਠੀਕ ਹੈ ਚੱਲ ਚੱਲ ਜਾਵਾ ਚਲੋ ਚੋਰੀ ਸਾਹਿਬ ਮੈਂ ਕੀ ਕਰਨਾ ਹੈ ਤੂੰ ਮੇਰੇ ਪਿੱਛੇ ਆ ਤੈਨੂੰ ਮੋੜ ਮੈਂ ਕੰਮ ਸਮਝਾਸਾਂ ਤੂੰ ਆ ਗੱਲ ਸੁਣੋ ਮੇਰੀ ਉਹ ਜਿਹੜਾ ਪੀਸ ਹੈ ਨਾ ਤੁਹਾਡਾ ਬੜੇ ਕਾਬਲ ਦਾ ਹੈ ਠੀਕ ਹੈ ਅੱਛਾ ਪਰ ਉਹ ਤੇਰੇ ਕਾਬਲ ਦਾ ਨਹੀਂ ਹੈ ਤੂੰ ਆਹਦਾ ਰੰਗ ਵੇਖ ਓ ਨੋ ਮੂੰਹ ਨਾ ਮਾਰ ਅਸਲਾਮ ਅਲੈਕਮ ਚੌਧਰੀ ਸਾਹਿਬ ਸਲਾਮ ਹੋਰ ਸੁਣੋ ਚੌਧਰੀ ਸਾਹਿਬ ਭਾਈ ਸਾਹਿਬ ਕੀ ਹਾਲ ਹੈ ਕੀ ਹਾਲ ਹੈ ਜਨਾਬ ਠੀਕ ਠਾਕ ਚੌਧਰੀ ਸਾਹਿਬ ਅਸੀਂ ਤੁਹਾਡੇ ਲਈ ਆਏ ਹਾਂ ਹੁਕਮ ਕਰੋ ਕੋ ਕਾਰੋਬਾਰ ਮਜ਼ਦੂਰੀ ਲੱਭਦੇ ਬਣਾ ਜੇ ਕੋ ਸਾਨੂੰ ਲੱਭ ਜਾਵੇ ਤੰਨੀਆਂ ਹੈ ਮਜ਼ਦੂਰੀਆਂ ਬੜੀਆਂ ਸਾਨੂੰ 10 ਪਈ ਹੈ ਨਾ ਤੇਰੇ ਵੀ ਕੋ ਨੌਕਰ ਸ਼ੁਕਰ ਰੱਖਦਾ ਹੈ ਓਏ ਨੌਕਰ ਤਾਂ ਚਾਹੀਦੇ ਨੇ ਮੈਂ ਟੁਰਦੇ ਆ ਗਏ ਤੇਰੇ ਕੋਲ ਚਲੋ ਮੋੜਾ ਇੰਜ ਕਰ ਸ਼ਾਕਰ ਹਾਂਜੀ ਇਹਨਾਂ ਨੂੰ ਵੀ ਲੈ ਜਾ ਉੱਥੇ ਛਲੀਆਂ ਨਾ ਦੇ ਕੋਈ ਖਿਲਰ ਅਗਲੇ ਵੀ ਤਿੰਨ ਲੱਗੇ ਹੋਣ ਨਾ ਹਾਂਜੀ ਇਹਨਾਂ ਨੂੰ ਵੀ ਲੈ ਜਾ ਚੋਰ ਸਾਹਿਬ ਨਾਲ ਹੀ ਆ ਰਹੇ ਨੇ ਉਹ ਤੇ ਕੰਮ ਲਾ ਦੇ ਆ ਜੇ ਆ ਚੱਲ ਲੈ ਠੀਕ ਚੱਲ ਆ ਜਾ ਭਾਈ ਮਿਹਰਬਾਨੀ ਲੰਬਰਦਾਰਾ ਵੀ ਚੌਧਰੀ ਆਇਆ ਜਾਂਦਾ ਬੰਦਾ ਆਇਆ ਆਪਾਂ ਪੈਸੇ ਲੈ ਕੇ ਨਾ ਭਾਗਾਂ ਮੁੜ ਕੰਮ ਕਰਨਾ ਉਹ ਇਹਨਾਂ ਵੇ ਬੇਈਮਾਨ ਚੌਧਰੀ ਹੋਵੇ ਕੰਮ ਕਾਰ ਕਾਰ ਕੇ ਤੇ ਬਾਲ ਭੁੱਖੇ ਮਰ ਜਾ ਸੰਤ ਅਸੀਂ ਤੇ ਵਿਹਲੇ ਰਾਜ ਸਾ ਬਾਵਾਂ ਦਾ ਆਪਾਂ ਕੰਮ ਕਰਨਾ ਹੀ ਨਹੀਂ ਹੈਗਾ ਇਹਦਾ ਮੂੰਹ ਸ਼ਕਲ ਵੇਖੀ ਹੈਗੀ ਠਹਿਰ ਹੋਵੇ ਬਾਉ ਇਹ ਹੈ ਮੈਨੂੰ ਬੇਈਮਾਨ ਜਿਹਾ ਬੰਦਾ ਦਿਸਦਾ ਹੈਗਾ ਇਹਦਾ ਕੰਮ ਹੀ ਨਹੀਂ ਕਰਨਾ ਤੂੰ ਕੀ ਮਨ ਆਖਣੀ ਭਾਗਾਂ ਇਹਦਾ ਕਾਰੋਬਾਰ ਦੇ ਓਏ ਆ ਦੇ ਚੱਲੀਆਂ ਅੱਲਾ ਦੇ ਭੁੱਖਾ ਹੀ ਮਰਨਾ ਈ ਸਾਨੂੰ ਤੇਰੀਆਂ ਮਰਚਾਂ ਤੇ ਉਹ ਤੇਰੀ ਪਨੀਰੀ ਫਸਲਾਂ ਦੀ ਲਾ ਦਿੱਤੀ ਹੁਣ ਨਵਾਂ ਸਿਮਾ ਕਰਦਾ ਤੇ ਨਵੇਂ ਪੈਸੇ ਇੱਥੇ ਲੈਣੇ ਨੀ ਉਹ ਤਾਂ ਦੇਣੇ ਕਰਮਾ ਲਈ ਰੁਪਈਏ ਰੱਖ ਹੁਣ ਬਾਲ ਨੀ ਭੁੱਖੇ ਆਪਣੇ ਮਰਦੇ ਮਕਾਈ ਗਾ ਲਈਏ ਠੀਕ ਹੈ ਕਿਉਂਕਿ ਬਾਰਿਸ਼ਾਂ ਦਾ ਮੌਸਮ ਹੈ ਠੀਕ ਹੈ ਨਾ ਤੇ ਮੁੜ ਖੇਤ ਸ਼ੀਰਤ ਨੂੰ ਪਾਣੀ ਲਾ ਲਵੇ ਨਾਨੇ ਦਾ ਲੇਕਰ ਤੁਸੀਂ ਛਲੀਆਂ ਖਰਵਾਓ ਨਾ ਤੇ ਮੈਂ ਜਰਾ ਮਕਾਈ ਦੇ ਪੈਸੇ ਲੈਣੇ ਨੇ ਮੈਂ ਉਹ ਮੰਡੀ ਚ ਲਈ ਆਵਾਂ ਹਾਂ ਠੀਕ ਹੈ ਪੈਸੇ ਘਰੇ ਲੈ ਚੱਲਦੇ ਆ ਕੋਈ ਆਟਾ ਦਾਣਾ ਲਾਇਆ ਨਹੀਂ ਸਾਂ ਠੀਕ ਹੈ ਨਾ ਅਸੀਂ ਕੋਈ ਨਹੀਂ ਕਰਨਾ ਤੇ ਇਹਨਾਂ ਕੋ ਕਰਾ ਲੈਣੇ ਆਪਣੇ ਰਿਤਾ ਆਏ ਬੰਦੇ ਨੇ ਕੋਈ ਗੱਲ ਨੀ ਰਲ ਕੇ ਕਰ ਲੈਣੇ ਮੋੜਾ ਦਾ ਵੇਖੇ ਸਵਾਣੀ ਦਾ ਦਿਲ ਵੀ ਨਹੀਂ ਹੈ ਇਹਨੂੰ ਜਿਵੇਂ ਛੇੜਦੇ ਪੈਣ ਚੱਲ ਯਾਰ ਅੱਛਾ ਲਾ ਨਾ ਤੁਕਲਿਆਂ ਤੇ ਹਾਂਜੀ ਚੋਰ ਸਾਹਿਬ ਤੇ ਤੂੰ ਬਰਾ ਸਾਹਿਬ ਜਰਾ ਮਾਲ ਦੀ ਕਰ ਲਾ
ठीक हो गया चल सा। अच्छा है नानो ना तू बरार साहब जरा अपना भाई गुई दा करना ठीक है ना ठीक हो गया चल साहब ते जरा का आ गए ना की ताडा नाम है यार इतना असगर असगर साहब मेरा नाम शाह अम्मा दे नाम शाह अम्मा तसगर उस सर तो पाने शुरू करन आ तुखला भी भावी अब्दू हां ते पहले और आना बहु इथे बैठे ना मैं बहु मां तू काम कर लेगा तू नहीं नहीं तू सारे मैं जो पहला बहु चौधरी अपना को दस से होया है बा चलो बा को चंगी गाल ही करू है बा जा बैठे बा जा कोई जरा खड़ो ना उदोड़ा सुना मैं ना थोड़ा सुने गाना सुनना है कि दिल खुश हो जाए हाँ दिल खुश हो जाए एक मजबूर ने दुनिया दे सुख अपने प्यार तुवारे ने ए हंजू मैं आप खरीदे मैनू जान तू प्यारे ने एक मजबूर ने दुनिया दे सुख ਖੁਸ਼ ਆ ਲੰਬਾ ਦਾਰਾ ਕੰਨਾ ਦਾ ਹੀ ਖੁਸ਼ ਆ ਹੁਣ ਅਸੀਂ ਕੰਮ ਕਰ ਤੇਰੀ 5000 ਤੈਨ ਮੈਂ ਐਕਸਟਰਾ ਦੇਵਾਂਗਾ ਜਿੰਦਾ ਵਸਦਾਰਾ ਲੰਬਾ ਦਾਰਾ ਜਿੰਦਾ ਵਾ ਅਸੀਂ ਤੈਨੂੰ ਐਵੇਂ ਹੀ ਰੱਖਣਾ ਖੁਸ਼ ਇਹਨਾਂ ਨੂੰ ਗੱਪਾਂ 'ਚ ਨਾ ਬਿਠਾਓ ਇਹਨਾਂ ਕੋ ਕੰਮ ਕਰਾਓ ਤੇ ਮੇਰੇ ਮੈਨੂੰ ਦੱਸੋ ਕੀ ਕੰਮ ਕਰਨਾ ਹੈ ਜ਼ਰਾ ਥੋੜੇ ਦਿਓ ਚਾਹ ਤਾਂ ਅਸੀਂ ਕੰਮ ਕਰੂ ਆ ਟੁਕਲਾ ਜ਼ਰਾ ਭਰੋ ਚੋਰੀ ਸਾਹਿਬ ਜਿਹੜੀ ਉਹ ਆਈ ਹੋਈ ਹੈ ਉਹਦੇ ਬਾਰੇ ਤੇਰਾ ਕੀ ਖਿਆਲ ਹੈ ਉਹਨੂੰ ਸਾਧ ਲਿਆ ਮੈਨਾਂ ਸਰ ਹੈ ਉਹਨੂੰ ਸਾਧ ਕੇ ਲਾਇਆ ਜਿਵੇਂ ਉੱਥੇ ਜੀ ਬੈਠੀ ਨਾ ਨਹੀਂ ਕਿਉਂਕਿ ਉਹਨੂੰ ਕੋਈ ਗਾਲ ਛਾਲ ਤਾਂ ਘਰ ਔਰ ਸਾਧ ਕੇ ਲਾਇਆ ਮੈਂ ਜਾਣਾ ਉਹਨੂੰ ਬੁਲਾ ਹਾਂ ਬੁਲਾ ਦੇ ਮੈਂ ਜ਼ਰਾ ਕਿੰਨ ਦਿੱਤਾ ਮੈਂ ਅੱਜ ਸਾਈਂ ਵੀ ਕੋਈ ਨਹੀਂ ਹੋਣਾ ਤੇ ਮੈਂ ਨਾਲ ਲੈ ਮਨਾ ਲੈ ਕੇ ਤੂੰ ਕੋਈ ਇਹਨਾਂ ਨਾਲ ਕਰ ਲਾ 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 ਤੇਰਾ ਅੱਲਾ ਹੀ ਗੁੱਲਾ ਹੋ ਜਾਵੀ ਤਾਂ ਸਾਧ ਕੇ ਲਾਇਆ ਮੈਂ ਨਜ਼ਰ ਆਇਆ ਠੀਕ ਹੈ ਛੋਰੀ ਸਮਝ ਆ ਰਹੀ ਆ ਤੇ ਕੁੱਤੇ ਕੰਮ ਬਾਬੂ ਆਪਾਂ ਨਾ ਕੰਮ ਕੋਈ ਨਹੀਂ ਕਰਨਾ ਤੂੰ ਆਣਾ ਨਾ ਬਸ ਗੱਲ ਕਰ ਲੈ ਤਾਂ ਜਿਹੜਾ ਨਾ ਕੋਈ ਨਹੀਂ चौधरी दा नहीं है जे चबड़ बंदे दा काम ना करो वालेकुम सलाम और भाई की हाल ने ठीक ठाक गल ले है यार हां जी साडा चौधरी है ना हां ओदी बेगम दी तबीयत नहीं सही है जी हां यार पेखियां ते की होया सो ते ओंदे घर अल्लाह ने बच्चे दी तेरे तीन जुड़वे अच्छा कराए यार ओ सब ओयो ਦਰਾਨੀ ਕਾ ਬੱਕਰੀ ਹੈ ਬੱਕਰੀਆਂ ਤਰਾ ਤਰਾ ਦੇ ਅੱਲਾ ਦੇ ਕੰਮ ਨੇ ਅੱਲਾ ਦੀ ਕੁਦਰਤ ਹੈ ਬੰਦਾ ਕੀ ਕਰਦਾ ਹਾਂ ਔਰਤਾਂ ਤੇ ਤਰਾ ਤਰਾ ਨਹੀਂ ਦੋ ਤਾਂ ਦੇ ਲੈਂਦੀਆਂ ਨੇ ਹਾਂ ਤਰਾ ਤਰਾ ਤਾਂ ਬੱਕਰੀਆਂ ਦੇਂਦੀਆਂ ਨੇ ਉਹ ਮੁੰਡੋਂ ਦੀ ਜਦਰਾਨੀ ਰਨ ਨਹੀਂ ਕਾ ਬੱਕਰੀ ਹੈ ਓ ਨੋ ਮਿਹਰਬਾਨੀ ਕਰਕੇ ਮਹਿਮਾਨ ਆਏ ਹਾਂ ਤੇ ਆਦੀ ਮੀਆਂ ਨਾਲ ਗੱਲ ਦੇ ਬੇਗਮ ਨੂੰ ਹਾਂ ਤੇ ਉਹਨਾਂ ਦੇ ਰੋਟੀ ਛੋਟੀ ਬਣਾ ਦੇਵੇ ਇੰਨੀ ਮਿਹਰਬਾਨੀ ਤੁਹਾਡੀ ਚਲੋ ਵੱਡੇ ਘਰ ਸੁਣਾਣੀਆਂ ਕੋਈ ਨਹੀਂ ਨੇ ਚੱਲ ਕੋਈ ਗੱਲ ਬੜੀ ਦੂਰ ਹੈ ਆ ਭਾਈ ਛਲਕਾ ਦਾ ਘਰ ਬੜੀ ਦੂਰ ਤੁਸੀਂ ਕੋਈ ਕੰਮ ਕਰ ਰਹੇ ਨਹੀਂ ਜੱਟ ਗੜੀ ਤੇ ਬਲੇ ਦਾ ਭਲਾ ਹੈ ਜਾ ਤੂੰ ਲਗੀ ਜਾ ਭਾਗਾ ਤੇ ਨਾਨੂ ਨਾ ਰੋਟੀ ਪਕਾ ਕੇ ਦੇ ਚੋ ਜਾਨੇ ਭਲੇ ਦਾ ਜਾਨ ਹੈ ਉਹਦੀ ਜਸਵਾਨੀ ਨੂੰ ਤਰਾਏ ਬਾਲ ਹੋਏ ਨੇ ਹੈ ਤੇ ਤੂੰ ਰੋਟੀ ਪਕਾ ਕੇ ਦੇ ਜਾ ਆ ਤੂੰ ਵੇਖੋ ਕਿੰਨੀ ਸੋਹਣੀ ਆਵੇ ਰੰਗ ਬਰੰਗੀ ਹਾਂ ਬੜੀ ਸੋਹਣੀ ਹੈ ਇਹ ਵੇਖ ਲੈ ਇਹ ਅੱਲਾ ਦੇ ਕਰ ਭਾਈਆ ਰੋਟੀ ਛੋਟੀ ਆਪੇ ਬਣਾ ਲਈ ਸੈਣਾ ਤੈਨੂੰ ਨਾ ਕਰ ਦੱਸ ਛੱਲੀ ਨੂੰ ਵੇਖ ਕੇ ਤੂੰ ਰਾਜ਼ੀ ਹੋ ਰਹੇ ਵੀ ਅੱਲਾ ਦੇ ਕੰਮ ਨੇ ਤੇ ਬੱਚੇ ਅੱਲਾ ਨਹੀਂ ਕਰ ਸਕਦਾ ਯਾਰ ਤੈਨੂੰ ਨਹੀਂ ਕਰ ਸਕਦਾ ਮੈਂ ਤੋਏ ਕਭੀ ਹੱਸ ਦੇ ਕੰਮ ਕੋਈ ਲੱਭਦਾ ਪਿਆ ਹਜ਼ਾਰ ਚੰਗੇ ਆ ਜਿਹੜੇ ਦੂਸਰੇ ਬੰਦੇ ਚੁੱਪ ਕਰਕੇ ਕੰਮ ਕਰੋ ਹਲੋ ਤੈਨੂੰ ਕੋਈ ਨਹੀਂ ਪਤਾ ਮੈਨੂੰ ਗੈਮਰੂ ਫੋਨ ਆਇਆ ਵੀ ਤੂੰ ਟੀਨ ਘਿਓ ਦਾ ਕਿਉਂ ਨਹੀਂ ਦੇ ਆਇਆ ਭਾਈ ਚੋਰ ਸਾਹਿਬ ਮੈਨੂੰ ਨਹੀਂ ਪਤਾ ਮੈਂ ਦੱਸਿਆ ਨਹੀਂ ਤੁਸੀਂ ਲੈ ਲਾ ਵੀ ਉੱਥੋਂ ਜਿਸ ਦੇ ਲਈ ਚੱਲ ਨਹੀਂ ਤਾਂ ਤੂੰ ਉਹ ਤੁਹਾਡਾ ਤਾਂ ਘਰ ਚੇਂਜ ਨਹੀਂ ਹੋ ਗਿਆ ਸੀ ਨਹੀਂ ਨਹੀਂ ਹੁਣ ਉਹ ਬਦਲ ਲਿਆ ਜਾ ਨਹੀਂ ਨਹੀਂ ਤੇ ਉਹ ਜਿਹੜੀ ਉਹ ਮਾਈ ਮੁੱਖਾ ਸੀ ਉਧਰ ਦੇ ਕੇ ਆਣਾ ਚੋਰ ਸਾਹਿਬ ਤੁਸੀਂ ਅਗਲੇ ਦੇ ਨਾਮ ਮੈਨੂੰ ਕਹਿ ਰਹੇ ਸੀ ਅੱਛਾ ਚੱਲ ਠੀਕ ਹੈ ਉੱਧਰ ਦੇ ਜਾ ਜਲਦੀ ਪਹੁੰਚ ਜਲਦੀ ਤੇ ਉਹ ਤੇ ਫਿਰ ਮੈਂ ਟ੍ਰੇਨ ਤੇ ਰਖਾਵਾਂਗਾ ਸਿੱਧਾ ਸਿੰਧ ਜਾਣਾ ਹੀ ਹਾਂ ਇਹ ਨਹੀਂ ਤੇਰੀ ਗੱਲ ਅਸਲਾਮ ਚੌਧਰੀ ਸਾਹਿਬ ਵਾਲੇਕੁਮ ਲੈ ਆਂਦਾ ਹੈ ਹਾਂਜੀ ਏ ਤੁਸੀਂ ਜਾਓ ਨਾ ਜ਼ਰਾ ਤੋਰ ਚੱਲੀ ਜਾ ਬੋਰ ਚਲੋ ਤੁਸੀਂ ਨਿਕਲੋ ਬਹੁਤ ਜੀ ਬਹੁਤ ਤੇ ਮੈਂ ਚੋਰੀ ਸਾਹਿਬ ਫਿਰ ਉਹ ਪੈਸਾ ਪਾ ਲਾ ਹਾਂ ਤੂੰ ਆੜਾ ਆੜਾ ਤੇ ਜਾ ਨਿਕਲ ਠੀਕ ਹੈ ਨਾ ਹਾਂ ਬੜਾ ਕਿਹਨੇ ਕੋਲ ਜਾਣਾ ਹੈ ਆ ਗੋਗਾ ਆਰਤੀਆ ਨਹੀਂ ਹੈ ਹਾਂ ਹਾਂ ਉਹਦੇ ਕੋਲ ਪੈਸੇ ਲੈ ਕੇ ਆ ਨਿਕਲ ਆਜੀ ਨਹੀਂ ਹੋਰ ਜੇ ਕੋਈ ਤੇਰੀ ਭੈਣ ਆ ਰਹੀ ਹੈ ਤੇ ਤੇਰੇ ਕੋਲ ਲੱਖ ਵਾਲਾ ਜਿਵੇਂ ਉਹ ਹੁੰਦੇ ਆ ਆਪਣਾ ਰਾਜ਼ੀ ਹੁੰਦੇ ਤੇ ਹੋਰ ਨਹੀਂ ਮੈਂ ਤਾਂ ਠੀਕ ਆ ਬਾ ਜੋ ਮੈਂ ਕਿੱਲਾ ਮਾਪ ਤੇ ਤੜੇ ਨਿਕਾਹ ਪੜਦਾ ਪਿਆ ਤਾਂ ਮੈਂ ਕਿਹੜਾ ਤੇਰੇ ਨਾਲ ਚੂੜੇ ਨਾਲ ਨਿਕਾਹ ਪੜਨੀ ਬਾ ਜਾਓ ਮੈਂ ਨਹੀਂ ਮੈਂ ਬੈਂਦੀ ਹਾਂ ਹੁਣ ਰੋਟੀਆਂ ਪਕਾਵਾਂ ਐ ਨਹੀਂ ਰੋਟੀਆਂ ਕਿਦੇ ਰੋਟੀਆਂ ਕੁੱਤੇ ਬਾ ਜਾਓ ਅੱਛਾ ਓਏ ਆ ਤੇਰਾ ਕੁੱਤਾ ਜਿਹੜਾ ਸਾਈ ਹੈ ਹਾਂ ਸਾਰੀ ਦਿਹਾੜੀ ਤਾਂ ਵੱਢਦਾ ਰਹਿੰਦਾ ਹੈ ਅੱਛਾ ਤੂੰ ਆਪ ਕੁੱਤਾ ਤਾਂ ਤੈਨੂੰ ਮੇਰਾ ਬੰਦਾ ਕੁੱਤਾ ਪੱਲ ਲੱਗਦਾ ਓ ਨੋ
तू ठोक निका बंजारे ना मेरे तेन दस तू निकाह करना मेरे नाल एडे असी होंगे ना ठीक है ना लोगों के काम नहीं असी करने एडे बगैरत नहीं है जेड़े तेरा मैं निकाह कर लवा ठीक है ना और तेरा साई शकलू तो लगता है हाँ तू लगना तो ता तेन वो लगता है तेरा डर भी वड्डी तन वड्डी तो नहीं ए पैसे दे सा देख अल्लाह माफी दे देख है वे तेन असी ए जी दिसनी आ ओ नहीं कपड़ा जुतियां वास्ते आ दे कपड़े जुतियां वे आ दे को रख मैं रख दी अच्छा चल ठीक मोल ला लमी मोल ला लमी ओ नहीं नहीं आ जेड़ा वेला पहना ए तेरे मैं नासा ही दे देना है तुकला ए होना ही नहीं होना ही नहीं नहीं होना नहीं होना मेरी गल तो गुस्सा ला किता करो खाच दिखा सुना ओए मैं पहना कर देखे ना हूं तू तेन कि दूर आयो काम कार वास्ते कड़ियाले दी मुछ आले नूं छड्ड परां छेड़ी जांदा मैनूं आंदा तू नकाह मेरे नाल कार लै क्यों लंबरदारा एक गल तो मैंने दस है असी ना असी कोई बगैरत नहीं पुछने हो जा भाऊ खो जा इनू लंबे कारें दी अंदर मैं काट के ते बाढ़ के सामने ऐसे बोले के मेरी सुनानी नहीं शुरू तू की गिद्दर खांदे रहे हो असी गिद्दर नहीं आज तैनू खामना तैनू खमाने ने ओए बंदे तू दस इनू मारो ओए तेरा खाना खराब ओए मारे नु निकल बाका मार तेरा खाना खराब ओए मार कर ओए ਇੰਦੀ ਜਿਹੜੀ ਸਵਾਣੀ ਆਈ ਨਾ ਮੈਨੂੰ ਆਂਦੀ ਮੇਰੇ ਨਾਲ ਕਰ ਲੈ ਤੂੰ ਨਿਕਾਹ ਅੱਛਾ ਓਏ ਓ ਝੂਠ ਮੈਂ ਕਿ ਮੈਂ ਨਹੀਂ ਕਰਦਾ ਨੰਬਰਦਾਰ ਐ ਤੇ ਗਰੀਬਾਂ ਨੂੰ ਝੂਠ ਮਾਰਨੇ ਨਹੀਂ ਗਰੀਬਾਂ ਦਾ ਬੇ ਗਰੀਬ ਦੀ ਮੈਂ ਨਹੀਂ ਆਖ ਤੂੰ ਕਿਵੇਂ ਆਣਾ ਆਖਿਆ ਤੂੰ ਯਾਰ ਝੂਠ ਮਾਰਦਾ ਪਿਆ ਝੂਠ ਮਾਰਦਾ ਆ ਤੋ ਕੰਮ ਦਾ ਨਾਂ ਲੈ ਕੇ ਆਇਆ ਮੈਂ ਨਾ ਦਾੜਾ ਗਾਲੇ ਮੈਂ ਅੱਗੇ ਆ ਤੇ ਬਿਰਾਨ ਨੂੰ ਆਖਿਆ ਵੀ ਨਾ ਗੱਲ ਮੈਂ ਤੋ ਤਮਾਸ਼ਾ ਲਾਇਆ ਉਸ ਨੂੰ ਕੋ ਪਹਿਲੀ ਸ਼ਾਹੀ ਦਾ ਤਮਾ ਲਾਇਆ ਉਸ ਬਾਉ ਗੱਲ ਸੁਣ ਸਵਾਰੀ ਮੇਰੀ ਖੜੀ ਹੈ ਮੂੰਹ ਤੇ ਹਰਕਤਾਂ ਦਾ ਕਰੀਆਂ ਨੰਬਰਦਾਰ ਮੈਂ ਸੁਣਦਾ ਰਿਹਾ ਮੈਂ ਵੀ ਬਾਉ ਗੱਲ ਤਾਂ ਸੁਣ ਸਵਾਰੀ ਖੜੀ ਮੇਰੀ ਮੂੰਹ ਤੇ ਉਹ ਹੁਣੇ ਦੱਸ ਦੇ ਆਪਾਂ ਨੂੰ ਸਾਰਾ ਦੁੱਧ ਤੇ ਪਾਣੀ ਤੇ ਪਾਣੀ ਹੋ ਜਾ ਸੀਗਾ ਤੇ ਕੀ ਆਂਦਾ ਪਿਆ ਤੂੰ ਹੁਣ ਬੋਲ ਲੈ ਨਾ ਇਹ ਮੈਨੂੰ ਆਂ ਸੀ ਮੇਰੇ ਨਾਲ ਵਿਆਹ ਕਰ ਅੱਛਾ ਗਰੀਬ ਐ ਕਿ ਹੁਣ ਜੋ ਮਰਜ਼ੀ ਗੱਲਾਂ ਕੀਤੀ ਰੱਖੇ अस्सलाम वालेकुम मेरे बहनों और भाइयों हमारे चैनल शमीम मजाही को लाइक करें सब्सक्राइब करें और साथ में दी गए घंटी के निशान को दोबारा ना भूलें ताकि हमारी हर नई वीडियो आप तक जल्द से जल्द पहुंचे और अच्छे अच्छे कमेंट करें पाकिस्तान जिंदाबाद।